Subscribe now and press the bell icon. Never miss an update. ಐ ಸಮೀರ್ ಅರ್ತಗಿ ಮುಂದೆ ಹಲೋ 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 ಅರ್ತಗಿ ಮುಂದೆ ಬಗ್ಗಾರ ಅರ್ತಗಿ ಸಮಯ ಟಾಪಿಂಗ್ ಪಾಂಡಾ ಹೋಯ ನಚದ ಟಾಪದ ಅಗೆ ನಾದರ ಖಡಾ ಅಲ್ಲಿವಾಸ ಜಪ್ಪದ ಹೀರಾ ಖಡಾ ಐ ಸಮಯ ನಾದರ ಲಗಾ ಬಗ್ಗಾ ತ ನಾದರ ಹಾಯ್ 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 ನಚದ ಟಾಪದ ಜಪ್ಪಾ ಲಗಾ ಹೋಯ ಐ ಸಮಯ ಹೋಲಾ ಲಾಲಾ ಕರ್ದಾ ਅੱਜ ਵੇਖ ਪਟਾਕੇ ਪੈਂਦੇ ਕੌਮੀ ਖੇਡ ਜਵਾਨਾਂ ਦੀ ਇਸ ਸਮੇਂ ਪੁਆਇੰਟ ਹੋ ਗਿਆ 41 ਦਾ ਪੁਆਇੰਟ ਹੋ ਗਿਆ ਸਮੇਂ 41 ਦਾ ਚੱਲ ਬਈ ਜੁਨੇਦ ਮੋਟਾ ਆ ਗਿਆ ਸ਼ਾਮ ਦਾ ਵਾਲਾ ਜਨੇਦ ਮੋਟਾ ਦੇ ਬਲਾਵਰ ਨਾਂਗਰਾ ਬਹੁਤ ਸੋਹਣਾ ਜਾਫੀ ਆ ਮੁੰਡਾ ਹਾਏ ਹਾਏ ਜਨੇਦ ਜਨੇਦ ਪੁਆਇੰਟ ਹੋ ਗਿਆ 41 ਦਾ ਪੁਆਇੰਟ ਹੋ ਗਿਆ ਇਸ ਸਮੇਂ 41 ਦਾ ਤੁਹਾਡਾ ਖੈਰ ਉਹ ਕਿੰਨੇ ਕਿੰਨੇ ਪੈ ਗਿਆ ਭਾਜੀ ਉਹ ਸਾਰੇ ਪੈ ਗਏ ਕੀ ਗੱਲ ਆ ਯਾਰ ਦਿਲਸ਼ਾਦ ਭਾਈ ਜਮਸ਼ੇਦ ਸਾਹਿਬ ਭਾਈ ਰਮਜ਼ਾਨ ਸਾਹਿਬ ਬਾਬਾ ਨਾਦਰ ਸ਼ਾਹ ਸਾਹਿਬ ਦੀ ਤਰਫੋਂ ਉਹਨਾਂ ਮੇਰੇ ਵਾਸਤੇ 500 ਰੁਪਏ ਭੇਜਿਆ ਉਸ ਸਮੇਂ ਛਾਨੀ ਲਗਾ ਛਾਨੀ ਤੇ ਛਾਨੀ ਚੱਲ ਬਈ ਜ਼ਬੈਰ ਮੋਟਾ ਇਸ ਸਮੇਂ ਜ਼ਬੈਰ ਮੋਟਾ ਗਿਆ ਰੇਟ ਦਿੱਤੇ ਜ਼ਬੈਰ ਮੋਟਾ ਰੇਟ ਤੇ ਗਿਆ ਮੁੰਡਾ ਇਧਰ ਫੜਿਆ ਹੋਇਆ ਗੁੱਟ ਨਾਦਰ ਕਹਿੰਦੇ ਇਸ ਸਮੇਂ ਨਾਦਰ ਨੇ ਫੜਿਆ ਗੁੱਟ ਹਲਾਉਣਾ ਦਿੰਦਾ ਹੋਇਆ ਗੋਹਾਂ ਨੂੰ ਲੱਗਦਾ ਹੋਇਆ ਜ਼ੋਰ ਫਿਰ ਪੁਆਇੰਟ ਹੁੰਦਾ ਪੁਆਇੰਟ ਹੁੰਦਾ ਇਸ ਸਮੇਂ ਪੁਆਇੰਟ ਹੋ ਗਿਆ ਜੀ ਸ਼ੋਕਰ ਦਾ ਇਸ ਸਮੇਂ ਪੁਆਇੰਟ ਹੋ ਗਿਆ ਸ਼ੋਕਰ ਦਾ ਭਾਜੀ ਕੌਡੀ ਪਾਓ ਉਹ ਕੱਠੀਆਂ ਪਾਣੀਆਂ ਚੱਲ ਬਈ ਲਾਲਾ ਫਹੀਮ ਆ ਗਿਆ ਇਸ ਸਮੇਂ ਰੇਟ ਤੇ ਆ ਗਿਆ ਲਾਲਾ ਫਹੀਮ ਨਵਾਬਾ ਨਾਦਰ ਸ਼ਾਹ ਸਾਹਿਬ ਜੀ ਦੇਖੋ ਅੱਜ ਕਿੱਦਾਂ ਮੈਚ ਹੁੰਦਾ ਅੱਜ ਵੇਖ ਲਓ ਕਿੱਦਾਂ ਮੈਚ ਹੁੰਦਾ ਲਾਲਾ ਫਹੀਮ ਗਿਆ ਜੀ ਜੱਫੇ ਲਾਲੇ ਨੂੰ ਵੱਜੀ ਕੈਚੀ ਜੱਫੋ ਨੇ ਜੱਫੂ ਜੱਟੇ ਪਿੰਡਾਂ ਮੁੰਡਾ ਚੁਰੰਜਾ ਉਸ ਨੂੰ ਅੱਛਾ ਨੀ ਟਿਕਰੀ ਚੱਲ ਬਈ ਇਧਰ ਸਮੇਂ ਰੇਟ ਤੇ ਲੱਗਾ ਕੌਡੀਆਂ ਦੇ ਗੱਪਾਂ ਦਾ ਹੋਇਆ ਮੁੰਡਾ ਵੀਲ ਗਰਾਜ ਨੂੰ ਲੱਗਾ ਜੀ ਮੁਬੱਸ਼ਰ ਪਿੰਡਾਂ ਲੱਗਦਾ ਕਈ ਬੀਸੀ ਗੁੱਟ ਫੜਿਆ ਹੋਇਆ ਫਸ ਗਈ ਜਾਨ ਸ਼ਿਕੰਜੇ ਅੰਦਰ ਜਿਉਂ ਵੇਲਣੇ ਵਿੱਚ ਗੰਨਾ ਰੋਣ ਕੋਹਣ ਰਹੇ ਮੁਹੰਮਦ ਉਹ ਲਾ ਭਾਜੀ ਉਹ ਯਾਰ ਨਾ ਉਹ ਭਾਜੀ ਫੜੇ ਯਾਰ ਕਿਹੜੇ ਕੰਮੇ ਲੱਗੋ ਉਹ ਯਾਰ ਕੀ ਹੋ ਗਿਆ ਉਹ ਭਾਜੀ ਕੀ ਹੋ ਗਿਆ ਉਹ ਯਾਰ ਨਾ ਲੜੋ ਯਾਰ ਉਹ ਭਾਜੀ ਕਿਹੜੇ ਕੰਮੀ ਪੈ ਗਏ ਭਾਜੀ ਨਾ ਦੋਵਾਂ ਦੀਆਂ ਜੱਫੀਆਂ ਪਾਓ ਯਾਰ ਫੜ ਕੇ ਅੱਛਾ ਵਿਚਾਰਾ ਇਹਨਾਂ ਦਾ ਜ਼ੋਰ ਨਹੀਂ ਲੱਗਦਾ ਜਿਹੜੇ ਬਾਹਰੋਂ ਭੜਕ ਭੜਕ ਕੇ ਆਉਂਦੇ ਆ ਨਾ ਮਿਹਰਬਾਨੀ ਕਰੋ ਯਾਰ ਤੁਸੀਂ ਤੁਹਾਨੂੰ ਘਰੋਂ ਤਾਂ ਪੁੱਛਦੇ ਨਹੀਂ ਆਣ ਕੇ ਤੁਸੀਂ ਗਰਾਊਂਡ ਦੇ ਵਿੱਚ ਲੜਦੇ ਰਹਿੰਦੇ ਹੋ ਯਾਰ ਮਿਹਰਬਾਨੀ ਕਰਿਆ ਕਰੋ ਇਹ ਦੋਵਾਂ ਨੂੰ ਫੜ ਕੇ ਜੱਫੀਆਂ ਪਾਓ ਯਾਰ ਇਹਨਾਂ ਦੀਆਂ
ਯਕੀਨ ਕਰੋ ਜਿਹਨੂੰ ਕੋਈ ਘਰ ਨਹੀਂ ਨਾ ਪੁੱਛਦਾ ਹੋਣ ਕੇ ਜਾਂ ਤਾਂ ਕਿਸੇ ਮੇਲੇ ਤੇ ਕਿਸੇ ਨੂੰ ਹੋਰਾ ਮਾਰ ਕੇ ਲੜ ਪੈਂਦਾ ਜਾਂ ਤਾਂ ਕਿਸੇ ਬਾਹਰ ਨਿਕਲ ਕੇ ਇਹਨੂੰ ਫੁੱਡਾ ਮਾਰ ਕੇ ਉਹਨੂੰ ਲੜਨ ਲੱਗ ਪੈਂਦਾ ਯਾਰ ਮਿਹਰਬਾਨੀ ਕਰੋ ਤੁਸੀਂ ਵੀਰੋ ਪੰਜਾਬੀ ਵੀਰੇ ਹੋ ਮਿਹਰਬਾਨੀ ਕਰੋ ਯਾਰ ਉਹ ਕੋ ਖਿਆਲ ਕਰੋ ਮੁਬਸ਼ਰ ਖਿਆਲ ਕਰ ਯਾਰ ਸਿਆਣਾ ਤੂੰ ਔਰ ਯਕੀਨ ਕਰੋ ਜਦੋਂ ਕਬੱਡੀ ਦਾ ਮੈਚ ਹੁੰਦਾ ਨਾ ਲੋਕ ਐਵੇਂ ਰਿਸ਼ਤੇਦਾਰੀਆਂ ਕੱਢ ਕੇ ਵੜ ਜਾਂਦੇ ਵਿੱਚ ਉਹ ਯਾਰ ਆਵਾਮ ਦੀ ਸਾਰਿਆਂ ਦੀ ਮਿਹਨਤ ਕਰਦੇ ਆ ਖੁਦਾ ਦਾ ਵਾਸਤਾ ਕੋਈ ਬੰਦਾ ਨਾ ਪੰਡਾਲ ਚ ਨਾ ਵੜੇ ਨਾ ਮੈਦਾਨ ਨੂੰ ਖਰਾਬ ਕਰੋ ਨਾ ਲੜਾਈ ਵਾਲੀ ਪਾਈ ਸਾਰ ਤੇ ਜਿਹੜੇ ਪਰੇ ਲੜੇ ਨੇ ਠੀਕ ਹੈ ਉਹਨਾਂ ਪਲੇਅਰਾਂ ਦਾ ਮਸਲਾ ਚਲੋ ਕੋਈ ਗੱਲ ਨੀ ਉਹ ਭਾਜੀ ਕੋਈ ਨਹੀਂ ਉਹ ਭਾਜੀ ਲੜਨ ਦਾ ਖਿਆਲ ਕਰੋ ਯਾਰ ਭਾਜਨ ਦੋਵੇਂ ਟੀਮਾਂ ਦੇ ਮਹਿਮਾਨ ਜਿੰਨੇ ਪਲੇਅਰ ਬੜੇ ਬੜੇ ਮਨ ਸਕੂਨ ਨਾਲ ਖੇਡਣ ਕੋਈ ਤੁਹਾਡੀ ਆਪਸ ਦੇ ਵਿੱਚ ਕੋਈ ਇਖਤਲਾਫਾਤ ਕੋਈ ਨਹੀਂ ਹੈਗੇ ਮੇਲੇ ਦਾ ਮੈਚ ਹੈ ਯਾਰ ਚਲ ਬਈ ਆਓ ਡਰ ਲੱਗਾ ਹੋਇਆ ਜੀ ਪਾਪਾ ਜੀ ਬਾਰਾ ਮਿਹਰਬਾਨੀ ਕਰਕੇ ਖਿਆਲ ਕਰੋ ਦੋਸਤੋ ਬਾਰਾ ਨਾ ਕੋਲ ਬੰਦਾ ਲੜੇ ਯਾਰ ਸਾਰੇ ਦੋਸਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਮੈਚ ਪੂਰਾ ਹੋਣਾ ਇਨਾਮ ਜਿਹੜਾ ਦੇਵੇ ਤੇ ਆਪਣੇ ਪਲੇਅਰ ਨੂੰ ਉੱਥੇ ਗਏ ਨੂੰ ਦੇਵੇ ਨਾ ਵਿੱਚ ਕੋਈ ਬੰਦਾ ਇਨਾਮ ਦੇਣ ਲਈ ਨਾ ਆਵੇ ਆਹੋ ਜਿੰਨਾ ਕੋ ਪੈਸੇ ਨਹੀਂ ਖਵਾਉਂਦੇ ਉਧਰ ਮੇਰੇ ਵੱਲ ਭੇਜੀ ਜਾਓ ਚੱਲ ਭਾਈ ਹੈਲੋ ਹੈਲੋ ਆਏ ਸਮੇ ਆਏ ਸ਼ਾਨੀ ਸ਼ਿਕਰਾ ਆਏ ਛਾਂਟਰਾ ਲਾ ਗਿਆ ਕਾਬੂ ਸੋਹਣੇ ਨੌਜਵਾਨ ਦੋਵੇਂ ਖੇਡਦੇ ਆ ਪਰ ਬਾਹਰੋਂ ਕੋਈ ਥੋੜੀ ਜਿਹੀ ਹਲਚਲ ਹੋਈ ਸੀ ਕੋਈ ਨੀ ਭਾਂਡੇ ਇਕੱਠਿਆਂ ਖੜਕੇ ਪੈਂਦੇ ਹੁੰਦੇ ਆ ਕੋਈ ਨੀ ਬਾਹਰ ਵਾਲੇ ਦੋਸਤ ਵੀ ਥੋੜਾ ਜਿਹਾ ਖਿਆਲ ਕਰੋ ਤੁਸੀਂ ਦੂਰ ਆ ਪੰਜਾਬੀ ਵੀਰੇ ਦੋਵੇਂ ਟੀਮਾਂ ਦਾ ਲੜਨ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਕਿਤੇ ਹਲਚਲ ਲੱਗ ਜਾਂਦੀ ਹੁੰਦੀ ਆ ਤਾਂ ਮਿਹਰਬਾਨੀ ਕਰੋ ਖਿਆਲ ਕਰੋ ਯਾਰ ਤੁਸੀਂ ਵੀ ਪੰਜਾਬੀ ਚੱਲ ਬਈ ਅੱਲਾ ਫਹੀਮਾ ਇਸ ਸਮੇਂ ਕੌਡੀਆਂ ਪਾਉਂਦਾ ਹੋਇਆ ਇਸ ਸਮੇਂ ਪੈਟ ਹੋ ਗਿਆ 41 ਦਾ ਪੈਟ ਹੋ ਗਿਆ 41 ਦਾ ਚੱਲ ਬਈ ਚਲਬੀ ਕੌਡੀ ਤੇ ਗਿਆ ਜੀ ਆਏ ਸਮੇਂ ਜ਼ਬੈਰ ਮੋਟਾ ਗਿਆ ਜੀ ਕੌਡੀਆਂ ਦੇ ਉੱਤੇ ਅੱਗੇ ਲੱਗਾ ਮੁਬਸ਼ਰ ਅੱਗੇ ਲੱਗਾ ਮੁਬਸ਼ਰ ਜੀ ਫੜਿਆ ਹੋਇਆ ਗੁੱਟ ਆਏ ਸਮੇਂ ਦੋਹਾਂ ਦੇ ਮੁਕਾਬਲਾ ਜੁੜਦਾ ਹੋਇਆ ਔਰ ਦੇਖੋ ਚਿੰਬੜਿਆ ਹੋਇਆ ਵਾ ਗੁੱਟ ਨੂੰ ਮੁੰਡਾ ਜਿਵੇਂ ਲੱਗਾ ਹੋਇਆ ਕੀੜਾ ਦੰਦ ਨੂੰ ਆਏ ਸਮੇਂ ਜੀ ਲੱਗ ਗਿਆ ਮੁੰਡਾ ਜੀ ਮੁਬਸ਼ਰ ਗੁੱਟ ਫੜਿਆ
ਚਾਨੀ ਸ਼ੁਕਰਾ शाबाश शाबाश मैं तुम्हारो यार ਸ਼ਾਂਟ ਵਾਲਾ ਫੜਿਆ ਗਿਆ ਬਈ ਸਾਹਮਣੇ